ਤੁਸੀਂ ਆ ਯਾਰ ਕਿਰਪਾਨ ਪਾ ਕੇ ਕੰਮ ਸਹੀ ਕਰਨ ਡਿਆ ਤੁਸੀਂ ਹੈ ਕਿਰਪਾਨ ਪਾਈ ਆ ਭਾਈ ਸਾਹਿਬ ਤੁਸੀਂ ਕਹਿੰਦੇ ਮੈਂ ਵੀਰ ਅਨੂਪ ਸਿੰਘ ਜੀ ਦਾ ਭਾਂਜਾ ਭਣਿਆਵਾ ਹੋਇਆ ਸਹੀ ਕੰਮ ਕਰਨ ਡਿਆ ਤੁਸੀਂ ਹੈ ਦਾੜੀ ਕਟਾਉਂਦੇ ਹੋ ਇੱਥੇ ਨਾਈ ਦੀ ਦੁਕਾਨ ਤੇ ਬਹਿ ਕੇ ਅੰਮ੍ਰਿਤ ਛੱਕ ਕੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਜੋ ਕਿ ਅੰਮ੍ਰਿਤਧਾਰੀ ਹੈ ਅਤੇ ਇਹ ਵਿਅਕਤੀ ਨਾਈ ਦੀ ਦੁਕਾਨ ਤੇ ਬੈਠਾ ਆਪਣੀ ਦਾੜੀ ਕਟਵਾ ਰਿਹਾ ਹੈ। ਨਾਲ ਹੀ ਇਹ ਵਿਅਕਤੀ ਆਪਣੇ ਆਪ ਨੂੰ ਬਾਬਾ ਅਨੂਪ ਸਿੰਘ ਦਾ ਭਾਣਜਾ ਵੀ ਦੱਸਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਹੀ ਅਸਲ ਵਿੱਚ ਸਿੱਖ ਕੌਮ ਨੂੰ ਢਾਹ ਲਗਾਉਣ ਦਾ ਕੰਮ ਕਰਦੇ ਨੇ ਅਤੇ ਸਿੱਖੀ ਨੂੰ ਵੀ ਬਦਨਾਮ ਕਰਦੇ ਨੇ। ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਗੁਰੂ ਦਾ ਬਾਣਾ ਪਾ ਕੇ ਅੰਮ੍ਰਿਤ ਛੱਕ ਕੇ ਇਸ ਤਰ੍ਹਾਂ ਦੇ ਕੰਮ ਨਾ ਕਰੋ ਜਿਸ ਨਾਲ ਸਿੱਖੀ ਤੇ ਸਵਾਲ ਖੜੇ ਹੋਣ। ਭਾਜੀ ਕਿਰਪਾ ਕਰਕੇ ਕਿਰਪਾਨ ਲਾ ਕੇ ਕਰੋ, ਸ਼੍ਰੀ ਸਾਹਿਬ ਲਾਓ ਤੁਸੀਂ। ਚੰਗੇ ਕੰਮ ਕਰਨ ਡਿਓ ਭਾਜੀ ਤੁਸੀਂ। ਅਰੇ ਵੀਰ ਜੀ ਧਾਗਾ ਹੀ ਲਵਾਉਣ ਡਿਆ, ਦੱਸੋ ਕਿਉਂ? ਕੰਜਰੀਆਂ ਵਾਲੇ ਕੰਮ, ਕੁੜੀਆਂ ਵਾਲੇ ਕੰਮ ਕਰਦਾ ਧਾਗਾ ਤੇ ਕਲੀਨ ਸ਼ੇਪ ਕਰਾ ਲਾ ਆਪਣੀ ਕਿਰਪਾਨ। ਗਤਰੇ ਲਾ ਦੋ, ਕਾਹਨੂੰ ਗਤਰੇ ਪਾਏ ਆ ਤੁਸੀਂ? ਇਹ ਕਾਹਦੇ ਵਾਸਤੇ ਰਮਣਾ ਵੀਰ ਜੀ? ਫੇਰ ਗਤਰੇ ਲਾਓ ਤੁਸੀਂ, ਆ ਕੰਮ ਕਰਾਓ, ਬਿਲਕੁਲ ਕਲੀਨ ਸ਼ੇਪ ਹੋ ਜਾਓ। ਤੁਹਾਨੂੰ ਸ਼ਰਮ ਨੀ ਆਉਂਦੀ ਆ ਕੇ ਬੈਠੇ ਹੋ ਨਾਈਆਂ ਕੋਲ? ਹੈ ਮੈਂ ਵੀਰ ਜੀ ਦਾ ਭਣੇਵਾ। ਬਿਊਰੋ ਰਿਪੋਰਟ, ਚੈਨਲ ਪੰਜਾਬ।